ਲਓ ਗੱਲ ਕਰਨ ਲੱਗਿਆ ਛੜੇ ਜੇਠ ਦੀ। ਧੰਨਵਾਦ ਵੀਰੇ। ਬਹੁਤ ਸਾਰਾ ਮਾਣ ਸਤਨਾਮ ਡਾਕਟਰ ਜੀ, ਮੇਰਾ ਬਹੁਤ ਹੀ ਪਿਆਰਾ ਵੀਰ ਬਾਈ ਜਗਦੇਵ ਟਹਿਣਾ, ਜਿਨ੍ਹਾਂ ਦੀ ਬਦੌਲਤ ਤੁਹਾਡੇ ਵਰਗੀਆਂ ਰੂਹਾਂ ਦੇ ਮੇਲੇ ਹੋਏ ਨੇ, ਉਹਨਾਂ ਵੱਲੋਂ ਬਹੁਤ ਸਾਰਾ ਮਾਣ, ਬਹੁਤ ਸਾਰਾ ਪਿਆਰ, ਬੜੀ ਮਿਹਰਬਾਨੀ, ਧੰਨਵਾਦ। ਸਤਨਾਮ ਡਾਕਟਰ ਜੀ, ਉਹਨਾਂ ਵੱਲੋਂ ਬਹੁਤ ਸਾਰਾ ਮਾਣ, ਬਹੁਤ ਸਾਰਾ। ਰਾਜੇਸ਼ ਕੁਮਾਰ ਨੰਬਰਦਾਰ ਜੀ, ਉਹਨਾਂ ਵੱਲੋਂ ਬਹੁਤ ਸਾਰਾ ਮਾਣ, ਬਹੁਤ ਸਾਰਾ ਪਿਆਰ, ਬੜੀ ਮਿਹਰਬਾਨੀ ਜੀ। ਮੰਗਤ ਰਾਮ ਚੌਧਰੀ, ਉਹਨਾਂ ਵੱਲੋਂ ਬਹੁਤ ਸਾਰਾ ਮਾਣ, ਬਹੁਤ ਸਾਰਾ ਪਿਆਰ। ਜੇ ਹਈ ਜੇ ਆਈ ਗਏ, ਮੈਂ ਵੀ ਗਾਈ ਜਾਊਂ ਵਧੀਆ, ਭਾਵੇਂ ਕਈ ਘੰਟੇ ਲਵਾ ਲਿਓ। ਜੇਠ, ਅੱਛਾ, ਹਾਂ, ਜੇਠ ਭਰਜਾਈ ਦੀ ਗੱਲ ਕਰਨ ਲੱਗਿਆ, ਪਹਿਲਾਂ ਵਾਲੇ ਜ਼ਮਾਨੇ ਦੀ ਗੱਲ ਹੈ। ਕਾਲਾ ਵੀਰ ਜੀ, ਨਾਲੇ ਵੀਰ ਜੀ, ਨਾਲੇ ਜੇਠ, ਇਹ ਗੱਲ। ਅੱਛਾ, ਠੀਕ, ਓਕੇ, ਧੰਨਵਾਦ। ਪਹਿਲਾਂ ਵਾਲੇ ਜ਼ਮਾਨੇ ਦੀ ਗੱਲ ਹੈ, ਭਾਬੀ ਦਾ ਮੂੰਹ ਦੇਖਣ ਦਾ ਮਾਰਾ, ਕਿਉਂਕਿ ਪਹਿਲਾਂ ਭਰਜਾਈਆਂ ਘੁੰਡ ਕੱਢਦੀਆਂ ਸੀ, ਸਰੋਂ 'ਚ ਗਾਜਰਾਂ ਲਾ ਲੈਂਦਾ। ਅੱਗੇ ਘਰ 'ਚ ਜੇ ਸੱਤ ਜਣੇ ਹੁੰਦੇ, ਸੱਤ ਭਰਾ ਹੁੰਦੇ, ਤਾਂ ਵਿਆਹ ਇੱਕ ਦਾ ਹੀ ਹੁੰਦਾ, ਅਤੇ ਦੂਜੇ ਉਈ ਮਗਰ ਤੁਰ ਫਿਰ ਕੇ ਟਾਈਮ ਪਾਸ ਕਰ ਲੈਂਦੇ ਵਿਚਾਰੇ। ਭਾਬੀ ਦਾ ਮੂੰਹ ਦੇਖਣ ਦਾ ਮਾਰਾ, ਸਰੋਂ 'ਚ ਗਾਜਰਾਂ ਲਾ ਲੈਂਦਾ। ਅੱਗੇ ਗੀਤ ਰਾਈ ਤੁਸੀਂ ਸੁਣੋ, ਆਓ ਜੀ। ਸਰੋਂ ਵਿੱਚ ਦੱਸੇ ਗਾਜਰਾ ਮੈਨੂੰ ਕੋਲ ਵੇ, ਮੈਨੂੰ ਕੋਲ ਵੇ, ਮੈਨੂੰ ਕੋਲ ਵੇ ਸਦਣ ਦਾ ਮਾਰ। ਸਰੋਂ ਵਿੱਚ ਦੱਸੇ ਗਾਜਰਾ ਮੈਨੂੰ ਕੋਲ ਵੇ ਸਦਣ ਦਾ ਮਾਰ। ਸਰੋਂ ਵਿੱਚ ਹਾਏ ਦੱਸੇ ਗਾਜਰਾ, ਰਾਦੇ ਵਿੱਚ ਸਭ ਜੀ ਨੂੰ ਛੱਡਦਾ ਨਹੀਂ ਕੋਈ, ਰਾਦੇ ਵਿੱਚ ਸਭ ਜੀ ਨੂੰ ਛੱਡਦਾ ਨਹੀਂ ਕੋਈ। ਅਸੀਂ ਕੀਤੀਆਂ ਬਹੁਤ ਸਖਤਾਈਆਂ, ਅਸੀਂ ਕੀਤੀਆਂ ਬਹੁਤ ਸਖਤਾਈਆਂ ਨੀ, ਸਰੋਂ ਦੇ ਵਿਚਾਲੇ ਐਤਕੀ ਤੇਰੇ ਜੇਠ ਨੇ ਸਰੋਂ ਦੇ ਬਚਾਲੇ ਐਤਕੀ ਤੇਰੇ ਜੇਠ ਨੇ ਗਾਜਰਾਂ ਲਾਈਆਂ ਨੀ, ਸਰੋਂ ਦੇ ਬਚਾਲੇ ਐਤਕੀ। ਛੜਾ ਮਾਰ ਜਾਣਾ ਹੈ ਵਿਛੜਾ ਮਾਰ ਜਾਣਾ, ਛੜਾ ਮਾਰ ਜਾਣਾ ਹੋਇਆ ਫਿਰੇ ਬੇਈਮਾਨ, ਛੜਾ ਮਾਰ ਜਾਣਾ ਹੋਇਆ ਫਿਰੇ ਬੇਈਮਾਨ। ਮੈਣੀ ਪੱਤਾ ਲੈ ਕੇ ਜਾਣਾ ਸਰਦਾਰਾ, ਮੈਣੀ ਪੱਤਾ ਲੈ ਕੇ ਜਾਣਾ ਸਰਦਾਰਾ। ਵੇ ਸਰੋਂ ਵਿੱਚ ਦੱਸੇ ਗਾਜਰਾਂ ਮੈਨੂੰ ਕੋਲ ਵੇ, ਮੈਨੂੰ ਕੋਲ ਵੇ, ਮੈਨੂੰ ਕੋਲ ਵੇ ਸਦਣ ਦਾ ਮਾਰ। ਸਰੋਂ ਵਿੱਚ ਦੱਸੇ ਗਾਜਰਾਂ ਮੈਨੂੰ ਕੋਲ ਵੇ ਸਦਣ ਦਾ, ਸਰੋਂ ਵਿੱਚ ਹਾਏ ਦੱਸੇ ਗਾਜਰਾਂ। ਰਾਦੇ ਵਿੱਚ ਸਭ ਜੀ ਨੂੰ ਛੱਡਦਾ ਨੀ ਕੋਈ, ਰਾਦੇ ਵਿੱਚ ਸਭ ਜੀ ਨੂੰ ਛੱਡਦਾ ਨੀ ਕੋਈ। ਅਸੀਂ ਕੀਤੀਆਂ ਬਹੁਤ ਸਖਤਾਈਆਂ, ਅਸੀਂ ਕੀਤੀਆਂ ਬਹੁਤ ਸਖਤਾਈਆਂ ਨੀ, ਸਰੋਂ ਦੇ ਵਿਚਾਲੇ ਐਤਕੀ ਤੇਰੇ ਜੇਠ ਨੇ ਗਾਜਰਾਂ, ਗਾਜਰਾਂ, ਗਾਜਰਾਂ ਲਾਈਆਂ ਨੀ, ਸਰੋਂ ਦੇ ਵਿਚਾਲੇ ਐਤਕੀ ਤੇਰੇ ਜੇਠ ਨੇ ਗਾਜਰਾਂ।
ਸਰੋਂ ਵਿੱਚ ਦੱਸੇ ਗੱਜ ਮੈਨੂੰ ਕੋਲ ਵੇ ਮੈਨੂੰ ਕੋਲ ਵੇ ਮੈਨੂੰ ਕੋਲ ਵੇ ਸਦਣ ਦਾ ਮਾਰ ਸਰੋਂ ਵਿੱਚ ਦੱਸੇ ਗੱਜ ਮੈਨੂੰ ਕੋਲ ਵੇ ਸਦਣ ਦਾ ਮਾਰ ਸਰੋਂ ਵਿੱਚ ਹਾਏ ਦੱਸੇ ਗੱਜ ਦਾ ਸਾਕ ਨੀ ਮੱਖਣ ਛੜੇ ਨੂੰ ਮਾਰੀ ਜਾਂਦੀ ਕੁੱਤੇ ਝਾਕ ਨੀ। ਹੁਣ ਬੜੇ ਸਿਆਣੇ ਤੇ ਸੂਝਵਾਨ ਸਰੋਤੇ ਬੈਠੇ ਆ, ਜਿੱਥੋਂ ਬਾਈ ਜੀ ਕੁੱਤੇ ਝਾਕ ਸ਼ਬਦ ਬਣਿਆ ਉਹ ਦੱਸਣ ਲੱਗਿਆ। ਇੱਕ ਵਾਰੀ ਦੀ ਗੱਲ ਹੈ ਬਾਈ ਜੀ, ਇੱਕ ਕੁੱਤੀ ਸੂਈ, ਉਹਦੇ ਦੋ ਕਤੂਰੇ ਹੋਏ। ਧਿਆਨ ਨਾਲ ਸੁਣਨ ਵਾਲੀ ਗੱਲ ਹੈ, ਇੱਕ ਕੁੱਤੀ ਸੂਈ, ਉਹਦੇ ਦੋ ਕਤੂਰੇ ਹੋਏ। ਇੱਕ ਨੂੰ ਜੱਟ ਲੈ ਗਿਆ ਚੱਕ ਕੇ ਤੇ ਇੱਕ ਨੂੰ ਲੈ ਗਿਆ ਬਾਣੀ। ਜਦੋਂ ਉਹ ਕੁੱਤੇ ਆਪਸ ਵਿੱਚ ਵੱਡੇ ਵੱਡੇ ਹੋਏ, ਕਿਸੇ ਮੋੜ ਤੇ ਮਿਲ ਗਏ। ਹੁਣ ਜੱਟਾਂ ਵਾਲਾ ਕੁੱਤਾ ਬਾਣੀ ਵਾਲੇ ਕੁੱਤੇ ਨੂੰ ਸਵਾਲ ਕਰਦਾ, ਕਿਉਂਕਿ ਉਹ ਬੜਾ ਲਿੱਸਾ ਹੋ ਗਿਆ ਸੀ, ਕਮਜ਼ੋਰ ਪੈ ਗਿਆ ਸੀ, ਢਿੱਡ ਉਹਦਾ ਵਿਚਾਰੇ ਦਾ ਸੁੱਕ ਕੇ ਢੂਹੇ ਨਾਲ ਲੱਗ ਗਿਆ। ਹੁਣ ਜਦੋਂ ਜੱਟਾਂ ਵਾਲਾ ਕੁੱਤਾ ਬਾਣੀ ਵਾਲੇ ਕੁੱਤੇ ਨੂੰ ਕੀ ਕਹਿੰਦਾ, ਕਹਿੰਦਾ ਕੀ ਗੱਲ ਬਾਈ, ਕਿਹਦੇ ਘਰੇ ਵੱਗ ਗਿਆ ਇਹ ਜਿਹਾ ਯਾਰ, ਭੁੱਖਾ ਤੇ ਆਇਆ, ਕੀ ਹੋ ਗਿਆ ਤੈਨੂੰ, ਕਮਜ਼ੋਰ ਬੜਾ ਹੋਇਆ ਫਿਰ। ਕਹਿੰਦਾ ਪੁੱਛ ਨਾ ਭਰਾਵਾ, ਮੈਨੂੰ ਲੈ ਗਿਆ ਸੀ ਕਹਿੰਦਾ ਕੋਈ ਬਾਣੀਆਂ ਚੱਕ ਕੇ। ਦੁੱਧ 50 ਗ੍ਰਾਮ ਦੋਧੀ ਤੋਂ ਲੈਂਦੇ ਆ, ਮੀਟ ਘਰੇ ਨਹੀਂ ਬਣ ਦਿੰਦੇ, ਬਣਿਆਣੀ ਚਮਾਨੀ ਜਿੱਡੀਆਂ ਜਿੱਡੀਆਂ ਰੋਟੀਆਂ, ਦਾਲ 'ਚ ਦੋ ਹੀ ਲਵੇੜ ਕੇ ਸਿੱਟਦੀ, ਅੱਧੇ ਭੁੱਖੇ ਅੱਧੇ ਧਿਆਏ। ਕਹਿੰਦਾ ਬਸ ਪੁੱਛ ਨਾ ਬੁਰਾ ਹਾਲ,
ਹੁਣ ਜਿਹੜਾ ਜੱਟਾਂ ਵਾਲਾ ਕੁੱਤਾ ਸੀ ਉਹ ਬਾਵਾ ਮੇਰੇ ਵਾਂਗੂ ਢਿੱਡ ਢੁੱਡ ਕਰੀ ਫਿਰਦਾ ਸੀ। ਹੁਣ ਤੁਸੀਂ ਐਂ ਨਾ ਸਮਝ ਲਓ ਵੀ ਆਪਣੇ ਆਪ ਨੂੰ ਕੁੱਤਾ ਕਹੀ ਜਾਂਦਾ, ਇਹਦਾ ਇੱਕ ਚਾਰ ਮਿੰਟ ਦੋ ਮਿੰਟ ਹੱਸਣ ਦੀ ਗੱਲ ਆ ਯਾਰ। ਹੁਣ ਬਾਣੀਆਂ ਵਾਲਾ ਕੁੱਤਾ ਜੱਟਾਂ ਵਾਲੇ ਕੁੱਤੇ ਨੂੰ ਕਹਿੰਦਾ ਬਾਈ ਯਾਰ ਤੂੰ ਕਿਹਦੇ ਘਰੇ ਵਾਗਿਆ? ਕਹਿੰਦਾ ਇਹ ਜਿਹਾ ਤੈਨੂੰ ਕੌਣ ਲੈ ਗਿਆ, ਬੜਾ ਨਰੋਆ ਹੋ ਰਿਹਾ ਯਾਰ। ਕਹਿੰਦਾ ਬਾਈ ਅਸਲ ਵਿੱਚ ਮੈਨੂੰ ਲੈ ਗਿਆ ਜੱਟ ਚੱਕ। ਚੰਗਾ ਕਹਿੰਦਾ ਦੁੱਧ ਹੈ, ਚੰਗੀ ਲੱਸੀ ਹੈ, ਕਦੇ ਕਦਾਈ ਕਹਿੰਦਾ ਜੱਟ ਕੁੱਕੜ ਛੁੱਕੜ ਵੀ ਵੱਢ ਲੈਂਦਾ, ਹੱਡੀ ਬੋਟੀ ਵੀ ਮਿਲ ਜਾਂਦੀ ਹੈ। ਅਤੇ ਜੱਟੀ ਦੀਆਂ ਚੱਕੀ ਦੇ ਪੁੜ ਜਿੱਡੀਆਂ ਜਿੱਡੀਆਂ ਰੋਟੀਆਂ, ਕਹਿੰਦਾ ਨਜ਼ਾਰੇ ਲੱਗਿਆ। ਕਹਿੰਦਾ ਬਾਈ ਹੁਣ ਜੱਟਾਂ ਵਾਲਾ ਕੁੱਤਾ ਬਾਣੀਆਂ ਵਾਲੇ ਕੁੱਤੇ ਨੂੰ ਕਹਿੰਦਾ ਬਾਈ ਤੂੰ ਕਾਹਦੇ ਆਸਰੇ ਜਾਂਦਾ ਫਿਰਦਾ, ਇਹੋ ਜਿਹੀ ਤੈਨੂੰ ਕਿਹੜੀ ਝਾਕ ਹੈ ਵੀ ਜਿੱਥੇ ਖਾਣ ਨੂੰ ਨਹੀਂ ਮਿਲਦਾ ਤੂੰ ਕਿਵੇਂ ਜਾਂਦਾ ਫਿਰਦਾ ਯਾਰ? ਕਹਿੰਦਾ ਬਸ ਯਾਰ ਬਾਈ ਬਾਣੀ ਵਾਲਾ ਕੁੱਤਾ ਜੱਟਾਂ ਵਾਲੇ ਕੁੱਤੇ ਨੂੰ ਕਹਿੰਦਾ ਯਾਰ ਇੱਕ ਝਾਕ ਜੀ ਹੈ। ਕਹਿੰਦਾ ਪਤੰਦਰਾ ਇਹੋ ਜਿਹੀ ਕਿਹੜੀ ਝਾਕ ਹੈ ਜਿੱਥੇ ਖਾਣ ਨੂੰ ਕੁਛ ਨਹੀਂ ਮਿਲਦਾ? ਕਹਿੰਦਾ ਅਸਲ ਵਿੱਚ ਬਾਣੀ ਵਾਲਾ ਕੁੱਤਾ ਜੱਟਾਂ ਵਾਲੇ ਕੁੱਤੇ ਨੂੰ ਕਹਿੰਦਾ ਕਹਿੰਦਾ ਅਸਲ ਵਿੱਚ ਜਿਹੜਾ ਮੇਰਾ ਬਾਣੀ ਹੈ ਜਿਹੜਾ ਮੇਰਾ ਮਾਲਕ ਹੈ ਉਹਦੇ ਦੋ ਵਿਆਹ ਹੈ। ਕਹਿੰਦਾ ਵਿਆਹ ਉਹਦੇ ਦੋ ਆ ਯਾਰ, ਭੁੱਖਾ ਤੇ ਆਇਆ ਤੂੰ ਮਰੀ ਜਾਂਦਾ। ਕਹਿੰਦਾ ਬਸ ਬਾਈ ਮੈਨੂੰ ਇੱਕ ਝਾਕ ਜੀ ਹੈ ਯਾਰ। ਕਹਿੰਦਾ ਇਹੋ ਜਿਹੀ ਕਿਹੜੀ ਝਾਕ ਹੈ? ਕਹਿੰਦਾ ਜਿਹੜਾ ਮੇਰਾ ਬਾਣੀ ਹੈ ਜਿਹੜਾ ਮੇਰਾ ਮਾਲਕ ਹੈ ਕਹਿੰਦਾ ਉਹਦੇ ਦੋ ਵਿਆਹ, ਜਦੋਂ ਕਹਿੰਦਾ ਸੌਕਣਾ ਸੌਕਣਾ ਲੜਦੀਆਂ ਕਹਿੰਦਾ ਮੈਂ ਕੋਲੇ ਖੜਾ ਹੁੰਦਾ, ਇੱਕ ਕਹਿੰਦੀ ਆ ਤੂੰ ਕਾਲੂ ਦੀ ਰੰਨ, ਇੱਕ ਕਹਿੰਦੀ ਆ ਤੂੰ ਕਾਲੂ ਦੀ ਰੰਨ। ਕਹਿੰਦਾ ਇਸੇ ਝਾਕ 'ਚ ਤੁਰੇ ਫਿਰਦੇ। ਲਾ ਦਿਓ ਤਾੜੀ ਇੱਕ ਫਿਰ ਅਰਸ਼ਦੀਪ ਚੋਟੀਆਂ ਦੇ ਆਰ ਨੂਰ ਲਈ। ਪ੍ਰਧਾਨ ਕੋਆਪਰੇਟ ਸੁਸਾਇਟੀ ਮੰਮੂ ਖੇੜਾ ਸਾਡੇ ਬਹੁਤ ਹੀ ਸਤਿਕਾਰਯੋਗ ਜੀ।